ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਿੰਗ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨਮ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਦਿਖਾਉਣੀਆਂ, ਕੋਈ ਬੱਚੇ ਵਾਲੀਆਂ ਵਾ ਅਤੇ ਕੋਈ ਬੱਚੇ ਤੋਂ ਬਿਨਾਂ ਵਾ। ਆਹ ਦੇਖ ਸਕਦੇ ਆ ਬੱਚੇ ਬੱਚੀ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿੱਤੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਅੱਜ ਸਾਰੀ ਵਰਾਇਟੀ, ਫਿਰ ਕੋਈ ਕੋਈ ਬੋਰੀ ਆ, ਕੋਈ ਨੀਲੀ ਦੀ ਆ? ਠੀਕ, ਚਲੋ ਨਾਮ ਦੱਸ ਦੇ ਕਰੀ। ਨਾਮ ਸੋਨੂੰ, ਸ਼ਹਿਰ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਫੋਨ ਨੰਬਰ ਹੀ ਬੋਲ ਦਿਓ। 9165657। ਠੀਕ ਆ। ਤੁਹਾਨੂੰ ਕਈ ਵੀਰੇ, ਕਈ ਜਣੇ ਪੁੱਛਦੇ ਆ ਕਈ ਵਾਰੀ ਕਿ ਸੋਨੂੰ ਭਾਅ ਜੀ ਜਦੋਂ ਨਾਮ ਤੇ ਫੋਨ ਨੰਬਰ ਦੱਸਦੇ ਤਾਂ ਮੂੰਹ ਕਿਉਂ ਪਰਾਂ ਕਰ ਲੈਂਦੇ ਆ? ਲਾਗੇ ਟਾਈਮ ਹੋਇਆ ਕਿਸੇ ਮਿਲਦੀ ਕਿੱਦਾਂ ਫਿਰ? ਮਿਲਦੀ ਭਾਜੀ, ਭਾੜਾ ਪਾਓ ਇੰਨਾ ਕੁ। ਅੱਛਾ, ਬਹਿ ਜਾਓ, ਕੋਈ ਮੇਰਾ ਵੀਰ ਭਰਾ ਚੈੱਕ ਕਰਾਵੇ ਲਿਆ ਕੇ। ਅੱਛਾ, ਅੱਜ ਨੂੰ 7-9 ਵਜੇ 8 ਸੂਈ ਦੇ ਹੋਏ ਹੋਣਗੇ, ਲੱਪਾਂ ਵੀ ਜਗਾ ਲੋਦਾ ਹੀ ਹੈ। ਠੀਕ ਆ, ਕੋਲੇ ਪਾਣੀ ਨੂੰ ਚੁੱਕੇ ਹੋਈਆਂ ਮਤਲਬ ਸੂਈ ਨੂੰ ਪ੍ਰੋਪਰ 7-8 ਦਿਨ ਹੋਏ ਆ। ਅੱਛਾ, ਜੇ 8-9 ਦਿਨ ਵੀ ਨਹੀਂ ਹੋਏ ਸੂਈ ਨੂੰ, ਇਹ ਤਾਂ ਮੇਲਾ ਮੂਲਾ ਪੂਰਾ ਮਾਰੋ। ਮੇਲਾ ਮਾਰੇ, ਮੇਰੀ ਤਾਂ ਵੀ ਜ਼ਿੰਮੇਵਾਰੀ ਆ। ਅੱਛਾ, ਜੇ ਮੇਲਾ ਵੀ ਨਾ ਮਾਰੇ, ਠੀਕ ਆ, ਚੋਖੇ ਪਾਓ। ਅੱਛਾ, ਥੱਲੇ ਬਾਜੋ, ਤੁਹਾਨੂੰ ਸਾਹਮਣੇ ਤੁਹਾਡੇ ਮਾੜੇ ਪਾ ਕੇ ਬਹਿ ਨੇ ਆ, ਤੋਰ ਦਿਓ ਇੱਕ ਵਾਰੀ ਪਹਿਲਾਂ ਮਾੜੀ ਮੇਲਾ। ਚੋਖੇ ਪਾ, ਚੋਖੇ ਫੜੀ ਮਾਸਾ ਭਾਈ ਤਾਂ ਬੈਂਕ ਥੋੜਾ ਕਿ ਚੋਕਰ ਇਹਨੂੰ ਗਾੜੀ ਪਾ ਦੇਣਾ ਵਾ, ਤੇ ਫਿਰ ਇਦਾਂ ਹੀ ਥੱਲੇ ਬਹਿ ਜਾਣਾ। ਅੱਛਾ, ਠੀਕ ਆ ਜੀ। ਕੰਮ ਹੀ ਉਹ ਕਰਨਾ ਜਿਹੜਾ ਬਿਲਕੁਲ ਸਹੀ ਹੈ, ਕਿਸੇ ਘਰ ਜਾ ਕੇ ਲੱਤ ਕੋਲ ਟੀਕਾ ਲਾਵੇ, ਭਾੜਾ ਚੋਖਰ ਪਾਵੇ, ਥੱਲੇ ਬਹਿ ਜਾਣਾ। ਠੀਕ ਆ ਜੀ। ਚਲੋ ਫਿਰ ਦਿਖਾ ਦੋ ਜਵਾਕ। ਚਲੋ ਦਿਖਾ ਦੋ ਵੀਰ ਜੀ, ਚਵਾ ਫੇਰੇ ਦਾ। ਤੇ ਇੱਦਾਂ ਹੀ ਵੀਰ ਜੀ ਫਿਰ ਮਿਲਦੀ ਭਾੜੇ? ਮੈਂ ਤੁਹਾਨੂੰ ਕਹਿੰਦਾ ਇਹ ਲਾਗੇ ਪ੍ਰੇਮ ਪਿਆਰ ਨਾਲ ਇੱਦਾਂ ਭਾੜਾ ਪਾਉਂਦੇ ਬਹਿ ਥੱਲੇ ਬਸ। ਠੀਕ ਆ, ਕੋਈ ਲੋੜ ਨਹੀਂ ਭਾੜਾ ਭੂੜਾ, ਦੂਜਾ ਟੀਕਾ ਟੂਕਾ ਦੀ ਲੋੜ। ਕਿਹਦੇ ਘਰ ਮਿਲਿਆ ਤਾਂ ਵੀ ਲੱਦ ਕੇ ਮੈਨੂੰ ਫੋਨ ਕਰਕੇ ਸੋਨੂੰ ਭਾਈ ਮਿਲ ਨਹੀਂ ਦੇਈ। ਠੀਕ ਆ, ਇੰਨੀਆਂ ਗਰੰਟੀਆਂ ਆਪਣੀ ਦੇਣੇ ਆ। ਚਲੋ ਖੁੱਲ ਹਾਂ ਫਿਰ ਤੋਰ ਜੀ, ਹੈਗੀ ਜਿਹੜੀ ਠੰਡੀ ਸੀਲ ਆ, ਇੱਦਾਂ ਮੈਂ ਬਾਜੀ ਥੱਲੇ ਪਈ ਰਹਿੰਦਾ ਰੋ। ਠੀਕ ਆ, ਜੇ ਲੱਤ ਥੋੜਾ ਮਾਰਨੀ, ਇਹ ਨਹੀਂ ਕੋਈ ਲੱਤਾਂ ਮਾਰੂ ਇੱਦਾਂ ਹੀ। ਠੀਕ ਆ, ਫੇਰ ਭਾਵੇਂ ਉੱਠ ਕੇ ਥੱਲੇ ਬਹਿ ਜਾਓ ਜੀ। ਚਲੋ ਫਿਰ ਤੋਰ ਜੀ, ਜੇ ਸੋਨੂੰ ਗੱਡੇ ਦੇ ਮਾਲ ਇਦਾਂ ਦਾ ਮਿਲਦਾ। ਠੀਕ ਆ, ਸੀਲ ਦੁੱਧ ਕਿੰਨਾ ਜੇ ਪੱਕਾ ਇਹਦੇ ਕੋਲ? ਦੁੱਧ ਭਾਈ 7 ਕਿਲੋ ਕੰਡੇ ਦਾ, ਉਹ ਬੋਲੇ ਦਾ ਹਿਸਾਬ ਜੇ ਦਿੰਦਾ ਹੋਏ ਦੁੱਧ ਦਾ, ਦੁੱਧ ਬਣੀ ਗਿਆ ਹੋਊਗਾ। ਠੀਕ ਆ, 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ। ਆਹ ਦੇਖ ਸਕਦੇ ਆਪਾਂ ਸਮਾ ਕੇ ਸਾਨੂੰ ਵੀ ਪੂਰਾ ਕੱਢ ਗਿਆ। ਇਹ ਨਹੀਂ ਆਪਾਂ ਉੱਥੇ ਬਹਿਣਾ ਵਾ,
ਜਿੱਥੇ ਮਰਜ਼ੀ ਬਹਿ ਜਾਓ, ਠੀਕ ਹੈ, ਸੁੱਟੇ ਉੱਤੇ ਆ ਉਹ ਉਹ ਅੱਗੋਂ ਹੀ ਬਹਿ ਜਾਓ ਪਰ ਪਿੱਛੇ ਬਹਿ ਜਾਓ, ਸਹੀ ਸੂਆ ਕਿਨਵਾ ਜੀ ਦਾ ਪਹਿਲਾ ਹੀ ਦੇ, ਪਹਿਲਾ ਹੀ ਸੂਆ ਆ, ਠੀਕ ਹੈ ਚਲੋ ਇੱਧਰ ਵੇਖੋ, ਇੱਧਰ ਤੁਸੀਂ ਵੇਖੋ ਕਿ ਆ ਵੇਲਾ ਸ਼ਾੜੀ ਫਿਰ ਵੀ ਚੁੱਕੀ ਜਾਂਦੇ ਆ, ਹਾਂਜੀ ਹਾਂਜੀ ਚਲੋ ਫਿਰ ਲੈ ਜਾਓ, ਬਾਕੀ ਸੋਹਣੀ ਝੋਟੀ ਆ, ਸ਼ਾਂਤ ਜੀ ਆ ਜਿਹੜੀ ਪੂਰੀ, ਬਾਕੀ ਚਲੋ ਥੱਲੇ ਵੀ ਚੰਗੀ ਆ ਜਿੰਨੀ ਵੀ ਆ ਭਾਈ, ਦੁੱਧ 8-9 ਕਿਲੋ ਆਰਾਮ ਨਾਲ ਚੋਈ ਜਾਣਾ ਨੇ, ਠੀਕ ਆ ਇਹਦਾ ਚਲੋ ਦੁੱਧ ਤੇ ਹੈਗਾ ਨਾ, ਹਾਂਜੀ ਸੀਲਦਾਨ ਜੀ ਕੋ ਮੋਲੇ ਦਾਗਾ, ਤੇ ਕਿੰਨੇ ਦੀ ਦੇ ਦੀ ਜਾਂਦੀ ਇਹਦੇ ਆਦੀ ਜਿਹੜੀ ਕੋਹਣੀਆਂ ਵਿੱਚੋਂ ਕਿੰਨੇ ਦੀ ਦੇ ਦੀ ਆ ਭਾਈ, ਠੀਕ ਆ ਤੁਸੀਂ ਵੀਡੀਓ ਰੋਜ਼ ਬਣਾਉਂਦੇ ਇਦਾਂ ਨਿਕਲ ਦੇਖਿਆ ਹੀ ਨਾ, ਨਹੀਂ ਹੈਗੀ ਤੇ ਪੂਰੀ ਸੀਲ ਆ, ਚਲੋ ਜੱਸ ਨਾਲ ਕਿੰਨੇ ਦੀ ਕਰੀਏ, ਹਾਂ ਨਾ ਜੀ 50,000 ਰੁਪਏ ਚੋਣ ਦਵਾਂਗੇ, 55,000 ਦੀ ਬਾਕੀ ਮੌਕੇ ਤੇ ਭਾਈ ਦਵਾਂਗੇ, ਹਾਂ ਅੱਛਾ 55,000 ਦੀ, ਠੀਕ ਝੋਟੀ ਖੜੂ ਇੰਨੀਆਂ ਮੇਰੀਆਂ ਸ਼ਰਤਾਂ ਜੀ, ਵੀਡੀਓ ਮੇਰੀ ਉਹਦੇ ਕੋਲ ਨਹੀਂ ਵੀਰ ਕੋ, ਹਾਂਜੀ ਪਹਿਲਾਂ ਨਾ ਮਰੇ ਕਿਹਦੇ ਘਰ ਮਿਲੇ ਨਾ ਮੇਰੀ ਜੋ ਮੇਰੀ ਦੀ, ਠੀਕ ਆ ਹਾਂ, ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਨੀਲੀ ਦੀ ਮੇਰੀ ਆ ਕੱਟੀ ਜੀ ਬੱਲੀ, ਇਹਨੂੰ ਸੂਈ ਨੂੰ ਅਜਾ 7-8-10 ਦਿਨ ਹੋ ਗਏ ਆ ਜਿਹੜੀ ਕੱਟੀ ਜੀ, ਬਾਕੀ ਕੋਈ ਮੇਰਾ ਸਮਝਣਾ ਵੇਖ ਲੇ, ਠੀਕ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਜੀ, ਇਹ ਕੋਲ ਦੁੱਧ ਵੀ 8 ਕਿਲੋ ਹੋਊਗਾ, ਹੈਗਾ ਪੱਕਾ ਦੁੱਧ 8 ਲੀਟਰ ਭਾਈ, ਚੋਕੇ ਖੜੇ ਦੇਖੇ ਕਿਹੜੀਆਂ ਸੂਣ ਵਾਲੀਆਂ ਹੈ, ਠੀਕ ਹੈ ਡਬਲੂ ਕੋ ਵੇਖੋ ਬੰਨੇ ਦੇ ਨੀਲੀ ਜੇ ਪੰਜ ਚਿੱਟਾ ਜੇ ਇੱਕ ਆ ਪਿੱਛੋਂ ਵੀ ਹਵਾਨਾ ਇਹਦਾ ਦੇਖ ਸਕਦੇ ਜੀ, ਇਹ ਥਾਣ ਵੀ ਇਹਦੇ ਦੇਖ ਸਕਦੇ, ਹੈਲੋ ਅੱਖਾਂ ਵੇਖੋ ਭਾਈ ਪਿੰਨੀਆਂ ਦੋਵੇਂ, ਚਲੋ ਲੈ ਜਾਓ ਪਿੰਨੀਆਂ ਜੇ, ਆਓ 7-8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਵੀ ਪੱਕਾ ਹੈਗਾ ਵਾ, ਬਾਕੀ ਚਵਾਈ ਤੁਸੀਂ ਆਪਣੀ ਆਪ ਕਰਕੇ ਲੈ ਜਾਓ, ਚਵਾਈ ਜੀ ਗਲਤ ਹੋਵੇ ਤਾਂ ਵੀ ਮੁਝੇ ਬਗੈਰ ਚਵਾਈ ਨਾ ਗਲਤ ਹੋਈ, ਤੇ ਇਹਦਾ ਮੁੱਲ ਇਹਦਾ ਮੁੱਲ 55,000 ਦੇ, ਅੱਛਾ ਇਹਦਾ 55,000 ਹੈ, ਬਾਕੀ ਚਲੋ ਮੁੱਕੇ ਦੇ 54,000, ਅੱਛਾ 54 ਦੀ, ਹਾਂ ਭਾਈ ਇਹ ਕਿਹੜੀਆਂ ਸੂਈਆਂ ਮਹੀਨੇ ਮੇਰੇ ਸੂਈਆਂ ਤਾਂ 5-6 ਦਿਨ ਸੂਈਆਂ ਹੋਏ ਸਾਰੇ, ਠੀਕ ਆ ਵੇਖੋ ਸਵਾਈ ਸੂਈ ਚੱਲੀ ਵੀ ਸਾਰੇ, ਇੱਕ ਥਾਂ ਚਿੱਟਾ ਜਗਲਾ, ਠੀਕ ਆ ਮਾਰ ਦੋ ਅਗਲੇ ਬਣੇ ਮੜੇ ਆ, ਤੇ ਦੋ ਚਿੱਟੇ ਸੱਥਣਾ ਦੋਵੇਂ ਚਿੱਟੇ, ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਤੀਸਰੀ, ਇੱਕ ਮਿੰਟ ਵੀਡੀਓ ਬਣਾਉਣ ਡਿਆ, ਇੱਕੋ ਮਿੰਟ ਕਰਦਾ ਜੇ ਮੈਂ ਵੀਡੀਓ ਮੜੀ ਬਣਾ ਕੇ, ਤੇ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਜੇ ਲੱਗੇ ਤਾਂ, ਤੇ ਇਹ ਵੀ ਬੱਚੇ ਵਾਲੀ ਜੇ ਆ ਜੇ ਇਹਨੂੰ ਸੂਈ ਨੂੰ 5-6 ਦਿਨ ਹੋਏ ਕੱਟੀ ਜੇ ਮਗਰ ਕੱਟੀ, ਇਹਦੇ ਮਗਰ ਵੀ ਕੱਟੀ, ਮਾਲ ਕੱਟੀਆਂ ਵਾਲਾ ਲਿਆਉਣਾ, ਠੀਕ ਕੱਟਿਆਂ ਦਾ ਜਾਂ ਕੱਟੀਆਂ ਦਾ ਸਾਰਾ ਮਾਲ, ਠੀਕ ਆ ਹਾਂ, ਤੇ ਇਹਦੇ ਕੋਲ ਦੁੱਧ ਕਿੰਨਾ ਜੇ, ਇੱਕੋ ਦੁੱਧ 7 ਕਿਲੋ ਹੋਊਗਾ ਜੇ, ਅੱਛਾ ਬੱਚੇ ਨੂੰ ਛੱਡ ਗਏ, ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਭਾਈ, ਕਿਉਂ ਮੱਝ ਵੱਡੀ ਹੈ 10 ਕਿਲੋ ਤੋਂ ਘੱਟ ਕੀ ਕਰੂਗੀ ਮੈਂ, 10 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹ ਵੀ ਚਵਾਈ ਜਾਊਗੀ, ਆ ਉਦਾਂ ਬੋਲਾ ਜਾ ਉਦਾਂ ਮਰਜ਼ੀ ਆ, ਠੀਕ ਆ ਤੇ ਇਹਦਾ ਫਿਰ ਮੁੱਲ ਇਹ ਦੇ ਦਾਂਗੇ 52,000 ਦੀ, 52,000 ਦੀ ਹਾਂ, ਛੋੜ ਛੜ ਮੁੱਕੇ ਤੇ ਕਰ ਦੋ, ਛੋੜ ਭਾਈ 51 ਦੀ ਹਾਂ ਨਾ ਦੇਵਾਂਗੇ, ਠੀਕ ਆ ਹਾਂ ਨਾ 51,000 ਦੀ ਹੋਊਗੀ, ਠੀਕ ਆ ਹਾਂ, ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਬਾਅਦ, ਇੱਕ ਦੁੱਧ ਕੰਡੇ ਦਾ 7 ਕਿਲੋ ਉੱਚ ਹੋ ਕੇ 2 ਡੱਗ ਖੜੇ, 7 ਕਿਲੋ ਦੁੱਧ ਹੈਗਾ ਪੱਕਾ, 2 ਡੱਗ ਭਾਈ 7 ਨੂੰ ਘੜੂ ਦੇ ਫਿਰ ਖੜੇ, 7 ਕਿਲੋ ਚੋ ਕੇ ਮੇਰੇ ਕੋਲ ਖੜੇ ਦੋ, ਬੱਚੇ ਤਾਂ ਬਿਨਾ ਹੀ ਆ ਹਨਾ, ਇਹ ਬੱਚੇ ਤਾਂ ਬਿਨਾ, ਚਲੋ ਤੋਰਦਾ ਹੀ, 7 ਕਿਲੋ ਕੰਡੇ ਵਾਲਾ ਉਲਾ ਜੇ ਰਹਿਣ ਦੇ, ਠੀਕ ਆ
ਅੱਜ ਕੱਲ ਵੇਖ ਲਓ ਕਿੱਡਾ ਜੇ। ਤੇ ਇਹਦਾ ਫਿਰ ਮੁੱਲ ਇਹ ਜਿਹੜਾ 42,000 ਦੀ 42,000 ਦੀ 43,000 ਦੀ ਪਾਈ ਦਵਾਂਗੇ ਜਾਂ 7 ਕਿਲੋ ਦੁੱਧ ਮੇਰੇ ਕੋਲ ਕੰਡੇ ਦਾ ਚੋਖੜੇ ਦੋ ਡੰਗ। ਠੀਕ ਹੈ ਜੀ, ਇਹ ਕੋਈ ਗੱਲ ਆ ਹੋਊਗਾ ਕੰਡੇ ਦਾ ਦੁੱਧ 7 ਕਿਲੋ। ਠੀਕ ਹੈ ਤੇ ਠੀਕ ਹੈ, ਬਾਕੀ ਇਹ ਆ ਵੀ ਚਲੋ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਨਾ ਖਾਣਾ ਦੀ ਸਾਰੀ ਗਰੰਟੀ ਆਪਣੀ ਫੁੱਲ ਗਰੰਟੀ ਤਸੱਲੀ ਕਰਕੇ ਇੱਥੇ ਖੜੇ ਹਨਾ, ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਚਵਾ ਗਿਆ ਸੱਲੀਆਂ ਕਰਕੇ ਖੜ ਜੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ ਖੜੋ। ਹੈਲੋ